ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਿਆ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ। 27 ਜੁਲਾਈ 2023 ਨੂੰ ਵੀਡੀਓ ਕਵਰ ਕਰ ਰਹੇ ਹਾਂ। ਸ਼ਾਮ ਨੂੰ ਆਪਣਾ 3:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ। ਸੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਸੀ ਕਿ ਆਪਾਂ ਜਿਹੜਾ ਭਾਗ ਆ ਉਹ 50 ਤੋਂ 55 ਹਜ਼ਾਰ ਤੱਕ ਦਾ ਭਾਅ ਲੈਣਾ, ਹਲਕਾ ਭਾਅ ਲੈਣਾ ਗਾ, ਤਾਂ ਉਸ ਕਰਕੇ ਆਪਾਂ 2 ਜਰਸੀ ਅੰਗ ਦੇ ਵਿੱਚ ਬੱਸੀਆਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਹਲਕਾ ਜਿਹਾ ਕਰੋਸ ਪਾਉਣਾ ਜਰਸੀ 'ਚ, ਤਾਂ ਤੁਹਾਡੇ ਬਜਟ 'ਚ ਆਉਣਗੀਆਂ। ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਜਿਹੜੀ 1 ਨੰਬਰ 'ਤੇ ਤੁਸੀਂ ਬੱਛੀ ਦੇਖ ਰਹੇ ਹੋ, ਸੋਹਣਾ ਥਾਨ ਲੇਵਾ ਗਾ, ਨੇੜੇ ਤੋਂ ਚੈੱਕ ਕਰਾਵਾਂਗੇ, ਦੇਖ ਸਕਦੇ ਤੁਸੀਂ ਇਕੱਲਾ ਇਕੱਲਾ ਨਿਖੜਵਾਂ ਥਾਣਾ, ਪੂਰੀ ਠੰਡੀ ਸੀਲ ਆ, ਦੇਖ ਸਕਦੇ ਤੁਸੀਂ ਪੂਰੀ ਠੰਡੀ ਸੀਲ ਆ, ਥਣ ਬਹੁਤ ਸੋਹਣਾ ਲੱਗਿਆ ਵਾ ਮੁੱਠੀ ਵਾਲਾ, ਨੇੜੇ ਤੋਂ ਚੈੱਕ ਕਰਾ ਦਿੰਦੇ ਦੇਖ ਲਓ, ਇਕੱਲਾ ਇਕੱਲਾ ਨਿਖੜਵਾਂ ਥਾਣਾ ਦੇਖ ਸਕਦੇ ਹੋ, ਚਾਰੇ ਥਣ ਪੂਰੇ ਗੁੱਠਾਂ 'ਤੇ ਲੱਗੇ ਹੋਏ ਨੇ। ਇਹਦੀਆਂ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਤੁਹਾਨੂੰ, ਮਗਰ ਇਹਦੇ ਮੇਲ ਕਾਫ ਆ ਗਿਆ, ਦੇਖ ਸਕਦੇ ਹੋ ਮੇਲ ਕਾਫ ਆ ਗਿਆ। ਪਰਸੋਂ ਇਹਦੀ ਡਿਲੀਵਰੀ ਹੋਈ ਆ, ਹੁਣ ਇਹਦੇ ਥੱਲੇ ਬੋਹਲਾ ਜਿਹੜਾ ਉਹ 12 ਤੋਂ 13 ਕਿਲੋ ਬੋਹਲਾ ਤਿਆਰ ਹੈ ਥੱਲੇ, ਦੂਜਾ ਸੂਆ ਸੂਈ ਆ, ਜਰਸੀ ਦੇ ਵਿੱਚ ਆ ਗਈ ਇਹ। ਇਹਦਾ ਪ੍ਰਾਈਸ ਜਿਹੜਾ ਦੇਣ ਲੈਣ ਵਾਲਾ ਰੱਖਿਆ ਗਿਆ ਉਹ 50,000 ਰੁਪਇਆ ਗਾ। ਮੌਕੇ 'ਤੇ ਮਾਣ ਤਾਣ ਕਰ ਦਾਂਗੇ, 50,000 'ਚੋਂ ਫੇਸ ਕੁਆਲਿਟੀ ਚੈੱਕ ਕਰਾ ਦਿੰਦੇ ਹਾਂ, ਦੇਖ ਸਕਦੇ ਤੁਸੀਂ ਨੇੜੇ ਤੋਂ। ਫੇਸ ਕੁਆਲਿਟੀ ਦੇਖ ਸਕਦੇ ਹੋ, ਖਾਣ ਪੀਣ ਨੂੰ ਪੂਰੀ ਖੁੱਲ੍ਹੀ ਹੈ, ਇਹ ਤੋਰ ਕੇ ਦਿਖਾ ਦਿੰਦੇ ਹਾਂ ਤੁਹਾਨੂੰ। ਕਿਸੇ ਮੇਰੇ ਵੀਰ ਦੇ ਬੈੱਡ ਪਸੰਦ ਆ, ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਬਣਾ ਲਿਓ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ। ਦੇਣ ਲੈਣ ਵਾਲਾ ਪ੍ਰਾਈਸ ਇਹਦਾ 50,000 ਰੁਪਇਆ ਹੈਗਾ, ਮੌਕੇ 'ਤੇ ਮਾਣ ਤਾਣ ਜ਼ਰੂਰ ਕੀਤਾ ਜਾਊਗਾ। 12-13 ਕਿਲੋ ਬੋਹਲਾ ਗਾ, 16-17 ਕਿਲੋ ਖੁੱਲ੍ਹਾ ਦੁੱਧ ਪਾ ਦੂਗੀ, ਤੁਸੀਂ ਦੇਖ ਸਕਦੇ ਹੋ। ਤਾਜ਼ੀ ਸੂਈ ਆ, ਪਰਸੋਂ ਸੂਈ ਆ ਇਹ, ਹਾਈਟ ਸੋਹਣੀ ਹੈ ਇਹਦੀ, ਨਵੇਂ ਆ ਹਾਣ ਦੇ ਵਿੱਚ ਇਹ। ਸੋ 2 ਨੰਬਰ 'ਤੇ ਕਿ ਇਹ ਜਰਸੀ ਕਰੋਸ ਦੇ ਵਿੱਚ ਆ ਗਈ, ਥਣ ਬਹੁਤ ਸੋਹਣਾ ਇਹਨੂੰ ਵੀ ਲੱਗਿਆ, ਨੇੜੇ ਤੋਂ ਚੈੱਕ ਕਰਾਵਾਂਗੇ, ਇਕੱਲਾ ਇਕੱਲਾ ਨਿਖੜਵਾਂ ਥਣ ਲੱਗਿਆ ਹੋਇਆ ਗਾ, ਦੇਖ ਸਕਦੇ ਹੋ ਪੂਰੀ ਸੀਲ ਠੰਡੀ, ਦੇਖ ਸਕਦੇ ਤੁਸੀਂ ਮੱਝਾਂ ਵਰਗਾ ਥਣ ਲੱਗਿਆ ਹੋਇਆ, ਇਕੱਲਾ ਇਕੱਲਾ ਨਿਖੜਵਾਂ, ਓਕੇ ਜੀ। ਸੋ 4-5 ਦਿਨ ਸੂਣ ਨੂੰ ਲੈਂਦੀ ਆ, 4 ਤੋਂ 5 ਦਿਨ ਸੂਣ ਨੂੰ ਲੈਂਦੀ ਆ ਇਹ। ਇਹ ਢਿੱਲ ਵਗੈਰਾ ਬਹੁਤ ਪਈਆਂ, ਦੇਖ ਸਕਦੇ ਤੁਸੀਂ, ਆ ਸਾਰੇ ਢਿੱਲ ਵਾਲ ਕੱਢ ਕੇ ਨੇ ਫਿਰ ਸੂਣਾ। ਸੋ ਫੇਸ ਕੁਆਲਿਟੀ ਦੇਖ ਸਕਦੇ ਹੋ, ਦੂਜਾ ਸੂਆ ਸੂਰੀ ਆ, 4-5 ਦਿਨ ਸੂਣ ਨੂੰ ਲੈਂਦੀ ਆ, 16-17 ਲੀਟਰ ਦੁੱਧ ਨੇ ਪਹਿਲੇ ਸੂਏ ਪਾਇਆ ਹੋਇਆ ਗਾ, ਪੂਰੀ ਕੱਦਕਾਠ ਦੇ ਵਿੱਚ ਬੱਛੀ ਹੈ ਵੀ। ਸੋ ਤੋਰਾ ਵਗੈਰਾ ਦੇਖ ਸਕਦੇ ਹੋ ਬੈੱਡ ਦਾ, ਅਤੇ ਜਿਹੜੇ ਮੇਰੇ ਵੀਰ ਨੂੰ ਇਹ ਬੈੱਡਾਂ ਪਸੰਦ ਹੋਈਆਂ, ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਬਣਾ ਲਿਓ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ, ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ, ਧੰਨਵਾਦ ਜੀ।